ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਇਸ ਵਕਤ ਦੀਆਂ ਖਬਰਾਂ ਦੇ ਉੱਪਰ ਚਰਚਾ ਕਰਨ ਲਈ ਪੰਨੂ ਸਾਹਿਬ ਫਿਰ ਆਪਣੇ ਨਾਲ ਸਟੂਡੀਓ 'ਚ ਨੇ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ ਪੰਨੂ ਸਾਹਿਬ। 3-4 ਦਿਨ ਦੀ ਲਗਾਤਾਰ ਰੇੜਕੇ ਤੋਂ ਬਾਅਦ ਆਖਿਰਕਾਰ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਜੀ ਰਾਜਪਾਲ ਨੇ। ਰਾਜਪਾਲ ਨੇ ਕਰਨਾ ਹੀ ਸੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੋਊਗਾ ਵੀ ਪ੍ਰਵਾਨ ਕਰ ਲਓ। ਇਹ ਲੱਗ ਤਾਂ ਇੱਦਾਂ ਰਿਹਾ ਸੀ ਵੀ ਸ਼ਾਇਦ ਅਸਤੀਫਾ ਪ੍ਰਵਾਨ ਨਾ ਹੋਵੇ ਕਿਉਂਕਿ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਹੋਈ ਸੀ ਅਤੇ ਸ਼ਾਇਦ ਸੀਗਾ ਇਹ ਅਸਾਰ ਕੇ ਵੀ ਕੁਛ ਨਾ ਕੁਛ ਸਮਝੌਤਾ ਹੋ ਜੇ। ਪਰ ਹੁਣ ਅਸਤੀਫਾ ਪ੍ਰਵਾਨਗੀ ਜਿਹੜੀ ਆ ਇਹਦੇ 'ਤੇ ਬਿਆਨਬਾਜ਼ੀ ਵੀ ਹੋਣ ਲੱਗ ਪਈ, ਤੁਸੀਂ ਇਹਨੂੰ ਕਿਵੇਂ ਦੇਖਦੇ ਹਾਂ? ਗੁਰਪ੍ਰੀਤ ਜੀ, ਲੱਗਣ ਲੱਗ ਪਿਆ ਸੀ ਕਿ ਕੰਮ ਹੋ ਜਾਣਾ ਜੀ। ਨਵਜੋਤ ਸਿੰਘ ਸਿੱਧੂ ਇੱਕ ਹੱਦ ਤੋਂ ਜ਼ਿਆਦਾ ਅੜੀ ਕਰ ਗਿਆ ਜਿਹੜੀ ਸ਼ਾਇਦ ਨਹੀਂ ਸੀ ਕਰਨੀ ਚਾਹੀਦੀ ਜੀ। ਮੈਂ ਕੱਲਾ ਨਹੀਂ ਕਹਿੰਦਾ, ਬਹੁਤ ਸਾਰੇ ਲੋਕ ਪੰਜਾਬ ਦੇ ਸਮਝਦੇ ਆ ਕਿ ਨਵਜੋਤ ਸਿੱਧੂ ਦੀ ਪੰਜਾਬ ਨੂੰ ਵੀ ਲੋੜ ਸੀ, ਮੰਤਰੀ ਮੰਡਲ ਨੂੰ ਵੀ ਲੋੜ ਸੀ। ਪਰ ਕਈ ਇਹੋ ਜਿਹੇ ਵੀ ਆ ਜਿਹੜੇ ਕਹਿੰਦੇ ਸੀ ਕਿ ਕਿਸੇ ਤਰੀਕੇ ਬਾਹਰ ਨਿਕਲ ਜਾਵੇ ਜੀ। ਜਦੋਂ ਇਹ ਭਾਰਤੀ ਜਨਤਾ ਪਾਰਟੀ 'ਚ ਹੁੰਦਾ ਸੀ, ਭਾਰਤੀ ਜਨਤਾ ਪਾਰਟੀ 'ਚ ਇਹਨੇ ਤਾਂ ਕਿਸੇ ਦਾ ਪੈਰ ਨਹੀਂ ਸੀ ਮਿੱਧਿਆ, ਇਹ ਤਾਂ ਪਾਰਟੀ ਦੇ ਨਾਲ ਠੀਕ ਠਾਕ ਚੱਲਦਾ ਸੀ ਜੀ। ਅਕਾਲੀ ਦਲ ਦੀ ਲੀਡਰਸ਼ਿਪ 'ਚੋਂ 2 ਜਣੇ ਸੀ ਜਿਹੜੇ ਇਹਨੂੰ ਬਰਦਾਸ਼ਤ ਨਹੀਂ ਸੀ ਕਰਦੇ, ਅਤੇ ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਵਿੱਚ ਬੈਠੇ 2 ਲੀਡਰ ਸੀ ਜਿਹੜੇ ਭਾਜਪਾ ਦੇ ਵਫ਼ਾਦਾਰ ਘੱਟ ਸੀ, ਅਤੇ ਅਕਾਲੀ ਦਲ ਦੇ 2 ਲੀਡਰਾਂ ਸਾਲੇ ਭਣੋਈਏ ਦੇ ਵਫ਼ਾਦਾਰ ਵੱਧ ਸੀ ਜੀ। ਉਹ ਇਹ ਵੀ ਚਾਹੁੰਦੇ ਸੀ ਕਿ ਨਵਜੋਤ ਸਿੱਧੂ ਬਾਹਰ ਨਿਕਲ ਜਾਵੇ ਅਤੇ ਇਹਦੇ ਵਾਲੀ ਥਾਂ ਭਰਨ ਵਾਸਤੇ ਭਾਜਪਾ 'ਚ ਸਾਨੂੰ ਮੌਕਾ ਮਿਲ ਜਾਣਾ ਜੀ। ਉਹਨਾਂ ਦੋਵਾਂ ਨੇ ਵੀ ਇਹ ਜ਼ੋਰ ਲਾਇਆ ਸੀ ਕਿ ਇਹਨੂੰ ਕਿਸੇ ਤਰੀਕੇ ਕਢਾ ਦਿੱਤਾ ਜਾਵੇ। ਇਹ ਉੱਧਰੋਂ ਜਦੋਂ ਫਿਰ ਛੱਡ ਕੇ ਪਾਸੇ ਹੋਇਆ, ਫਿਰ ਸਿੱਧਾ ਕਾਂਗਰਸ ਵਿੱਚ ਨਹੀਂ ਸੀ ਆਇਆ ਜੀ। ਇਹਨੇ ਲੁਧਿਆਣੇ ਵਾਲੇ ਲੋਕ ਇਨਸਾਫ ਪਾਰਟੀ ਵਾਲੇ ਬੈਂਸਾਂ ਨਾਲ ਵੀ ਗੱਲਬਾਤ ਚਲਾਈ, ਪਰ ਗੱਲ ਸਿਰੇ ਨਹੀਂ ਸੀ ਚੜ੍ਹ ਸਕੀ ਜੀ। ਆਮ ਆਦਮੀ ਪਾਰਟੀ ਨਾਲ ਗੱਲ ਚਲਾਈ, ਅਰਵਿੰਦ ਕੇਜਰੀਵਾਲ ਨਾਲ ਬੈਠ ਕੇ ਮੀਟਿੰਗਾਂ ਹੋਈਆਂ, ਸਭ ਕੁਝ ਤੈਅ ਹੋ ਗਿਆ। ਅਖੀਰਲੇ ਵਕਤ ਗੱਲ ਟੁੱਟ ਗਈ ਅਤੇ ਇਹ ਪ੍ਰੈਸ ਕਾਨਫਰੰਸ ਕਿਹਨੇ ਕਰ ਦਿੱਤੀ? ਇਹਨੇ ਕਿਹਾ ਜੀ, ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਪਹਿਲਾਂ ਤੂੰ ਲਿਖ ਕੇ ਦੇ, ਤੂੰ ਇਹ ਸਾਡੇ ਕੋਲ ਲਿਖ ਕੇ ਨਹੀਂ ਦੇ, ਉੱਦਾਂ ਮਨ ਜਾ ਲਿਖਣ ਵਰਗੀ ਗੱਲ ਕਰਦੇ ਜੀ ਜੀ ਕਿ ਮੈਂ ਮੁੱਖ ਮੰਤਰੀ ਨਹੀਂ ਬਣਾਂਗਾ। ਕਹਿੰਦੇ ਮੈਂ ਇਹਨੂੰ ਆਖਿਆ ਕਿ ਜਿਹੜੇ MLA ਆਉਣਗੇ ਉਹਨਾਂ ਜਿਹਨੂੰ ਬਣਾਉਣਾ ਬਣਾ ਲੈਣ, ਤੁਸੀਂ ਮੇਰੇ ਤੋਂ ਪਹਿਲਾਂ ਹੀ ਮੈਨੂੰ ਖੇਡਣ ਤੋਂ ਆਊਟ ਕਰੀ ਜਾਣ ਡਿਆ ਆ, ਅਜੇ ਆਪਾਂ ਨੂੰ ਬੈਟਿੰਗ 'ਤੇ ਕਰਨ ਦਿਓ। ਉਹਨਾਂ ਨੂੰ ਛੱਡਿਆ ਜੀ, ਕਾਂਗਰਸ ਵਿੱਚ ਆ ਗਿਆ। ਕਾਂਗਰਸ ਵਿੱਚ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਭੈਣ ਭਰਾ ਦੇ ਰਾਹੀਂ ਇਹ ਆਇਆ ਸੀ ਜੀ। ਉਹਨਾਂ ਨੇ ਇਹਨੂੰ ਮਾਣਯੋਗ ਥਾਂ ਵੀ ਦਵਾਈ, ਕੈਪਟਨ ਅਮਰਿੰਦਰ ਸਿੰਘ ਨਾਲ ਵੀ ਲਾ ਦਿੱਤਾ। ਪਤਾ ਨਹੀਂ ਮੀਡੀਆ ਦੇ ਇੱਕ ਹਿੱਸੇ 'ਚ ਇਹ ਗੱਲ ਕਿੱਦਾਂ ਚੱਲ ਪਈ ਕਿ ਜੇ ਕਾਂਗਰਸ ਪਾਰਟੀ ਜਿੱਤ ਗਈ ਤਾਂ ਨਵਜੋਤ ਸਿੰਘ ਸਿੱਧੂ ਡਿਪਟੀ ਮੁੱਖ ਮੰਤਰੀ ਬਣੇਗਾ ਜੀ। ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਗਿਆ, ਉਹ ਕਹਿੰਦਾ ਬਿਲਕੁਲ ਸਾਡੇ 'ਚ ਇਹੋ ਜਿਹੀ ਕੋਈ ਗੱਲ ਨਹੀਂ ਹੋਈ, ਇਸ ਤਰ੍ਹਾਂ ਦੀ ਕੋਈ ਅੰਡਰਸਟੈਂਡਿੰਗ ਦਿੱਲੀ ਤੱਕ ਹੈ ਨਹੀਂ, ਇਹ ਬਾਹਰੋਂ ਖਬਰਾਂ ਫੈਲਾਈਆਂ ਜਾ ਰਹੀਆਂ, ਪਤਾ ਨਹੀਂ ਕੌਣ ਫੈਲਾਉਂਦਾ। ਮੈਂ ਅੱਜ ਵੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਖਬਰਾਂ ਨਵਜੋਤ ਸਿੰਘ ਸਿੱਧੂ ਨੇ ਫੈਲਾਈਆਂ ਹੋਣਗੀਆਂ, ਪਰ ਕੁਝ ਬੰਦੇ ਜਿਹੜੇ ਫੈਲਾਉਂਦੇ ਸੀ ਉਹ ਖਬਰਾਂ ਇਸ ਤਰ੍ਹਾਂ ਕੱਢਦੇ ਸੀ ਜਿਸ ਤਰ੍ਹਾਂ ਜਾਪਦਾ ਕਿ ਸਿੱਧੂ ਡਿਪਟੀ ਮੁੱਖ ਮੰਤਰੀ ਬਣਨਾ ਚਾਹੁੰਦਾ ਜੀ, ਅਤੇ ਉਹਨਾਂ ਖਬਰਾਂ ਨੇ ਜਿਹੜਾ ਕੰਮ ਖਰਾਬ ਕੀਤਾ, ਇਹਨਾਂ ਦੇ ਮਤਭੇਦ ਵੱਧ ਗਏ। ਫਿਰ ਮੰਤਰੀ ਦੇ ਤੌਰ 'ਤੇ ਇਹਨੂੰ ਸਤਿਕਾਰਯੋਗ ਥਾਂ ਦਿੱਤੀ ਗਈ ਸੀ, ਚੰਗੀ ਥਾਂ ਦਿੱਤੀ ਗਈ ਸੀ। ਅੰਦਰੇ ਅੰਦਰ ਕੁਛ ਇਸ ਤਰ੍ਹਾਂ ਦੀ ਕੁੜੱਤਨ ਬਣਦੀ ਰਹੀ ਬਣਦੀ ਰਹੀ ਬਣਦੀ ਰਹੀ, ਜਿਹੜੀ ਪਹਿਲੀ ਵਾਰ ਉਦੋਂ ਨਿਕਲੀ ਜਦੋਂ ਇਹ ਪਾਕਿਸਤਾਨ ਗਿਆ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਜੀ। ਕੈਪਟਨ ਅਮਰਿੰਦਰ ਸਿੰਘ ਨੇ ਫੋਨ ਕਰਕੇ ਆਖਿਆ ਕਿ ਤੈਨੂੰ ਨਹੀਂ ਜਾਣਾ ਚਾਹੀਦਾ, ਖਾਸ ਤੌਰ 'ਤੇ ਇਸ ਕਰਕੇ ਕਿ ਤੈਨੂੰ ਰਾਜਨੀਤੀ 'ਚ ਲਿਆਉਣ ਵਾਲੇ ਵਾਜਪਾਈ ਸਾਹਿਬ ਜਿਹੜੇ ਸੀ ਜੀ, ਉਹਨਾਂ ਦਾ ਦੇਹਾਂਤ ਹੋ ਗਿਆ ਅਤੇ ਇਸ ਮੌਕੇ ਨਾ ਜਾ। ਇਹ ਚਲਾ ਗਿਆ, ਇਹ ਵਾਪਸ ਆਇਆ, ਉੱਥੇ ਫੌਜ ਦੇ ਜਰਨੈਲ ਨੂੰ ਇਹਨੇ ਜੱਫੀ ਨਹੀਂ ਪਾਈ, ਉਹਨੇ ਆ ਕੇ ਵਧੋ ਵਧੀ ਪਾਈ ਸੀ ਜੀ, ਪਰ ਮੁੱਦਾ ਇਹ ਬਣ ਗਿਆ ਕਿ ਸਿੱਧੂ ਨੇ ਜੱਫੀ ਪਾਈ ਹੈ। ਇਹਦੇ ਉੱਤੇ ਬਾਕੀ ਕਿਸੇ ਨੇ ਕੀ ਆਖਿਆ ਉਹਦਾ ਤਾਂ ਪਤਾ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਵੀ ਉੱਥੋਂ ਦੀ ਆਰਮੀ ਦੇ ਚੀਫ ਦੇ ਖਿਲਾਫ਼ ਬਿਆਨ ਦੇ ਦਿੱਤੇ। ਉਦੋਂ ਤੋਂ ਲੱਗ ਕੇ ਜਿਹੜੀਆਂ ਕੁੜੱਤਨਾ ਸੀ ਉਹ ਲੋਕ ਸਭਾ ਵੇਲੇ ਲੰਬੀ ਦੇ ਵਿੱਚ ਜਿਹੜੀ ਤਕਰੀਰ ਦੀ ਆ ਜੀ, ਜਿਹ 'ਚ ਇਹਨੇ ਕਹਿ ਦਿੱਤਾ ਕਿ ਮਿਲ ਕੇ ਖੇਡਦਿਆਂ, ਅਤੇ ਉਹ ਇਸ਼ਾਰਾ ਜਿਹੜਾ ਚਲਾ ਗਿਆ ਕਿ ਬਾਦਲਾਂ ਦੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕੋਈ ਚੋਣਾਂ ਵਿੱਚ ਵੀ ਅੰਦਰ ਖਾਤੇ ਲੈਣ ਦੇਣ ਦੀ ਗੱਲ ਚੱਲਦੀ ਆ ਜੀ। ਉਹਦੇ ਨਾਲ ਹਾਲਾਤ ਇੰਨੇ ਵਿਗੜ ਗਏ ਸੀ ਕਿ ਉਹਦੇ ਤੋਂ ਬਾਅਦ ਇਹਨੇ ਅਸਤੀਫਾ ਦੇ ਦਿੱਤਾ, ਘਰ ਬੈਠਾ ਰਿਹਾ, ਰੋਸ ਪ੍ਰਗਟ ਕੀਤਾ, ਆਸ ਸੀ ਕੋਈ ਆ ਕੇ ਮਨਾਵੇਗਾ, ਕੋਈ ਆਇਆ ਨਹੀਂ, ਇਹਦਾ ਮਹਿਕਮਾ ਬਦਲ ਦਿੱਤਾ ਗਿਆ, ਇਹ ਨਵੇਂ ਮਹਿਕਮੇ 'ਚ ਗਿਆ ਨਹੀਂ। ਬੜੇ ਲੋਕ ਸੀ ਜਿਹੜੇ ਇਹ ਖਾਹਿਸ਼ ਰੱਖਦੇ ਸੀ ਇਹ ਵਾਪਸ ਆਵੇ, ਮੰਤਰੀ ਦੇ ਤੌਰ 'ਤੇ ਕੰਮ ਕਰੇ,
ਉਹ ਜਿਹੜੇ ਲੋਕ ਰੱਖਦੇ ਸੀ ਆਸ ਉਹ ਤਾਂ ਆਸ ਹੀ ਰੱਖ ਸਕਦੇ ਸੀ ਨਾ ਜੀ, ਫੈਸਲਾ ਤਾਂ ਆਖਰ ਇਹਨੇ ਕਰਨਾ ਸੀ। ਇਹ ਮੋੜਾ ਨਹੀਂ ਕੱਟ ਸਕਿਆ ਜਾਂ ਇਹਦੇ ਨਾਲ ਦੇ ਇਹੋ ਜਿਹੇ ਸੀੜੇ ਨੂੰ ਚਾਬੀ ਲਾਈ ਗਈ ਅਤੇ ਉਹਨਾਂ ਕੁੱਟ ਨਹੀਂ ਦਿੱਤਾ ਜੀ। ਸੋਸ਼ਲ ਮੀਡੀਆ ਦੇ ਉੱਤੇ ਵੀ ਜਿੰਨੀ ਕਿਸਮ ਦੇ ਬਿਆਨਬਾਜ਼ੀ ਹੁੰਦੀ ਸੀ, ਕੁਝ ਕੈਪਟਨ ਅਮਰਿੰਦਰ ਸਿੰਘ ਨੂੰ ਚੁੱਕਦੇ ਸੀ, ਕੁਝ ਨਹੀਂ ਚੁੱਕਦੇ ਸੀ। ਉਹਦੇ ਤੋਂ ਬਾਅਦ ਇਹ ਸਿੱਟਾ ਨਿਕਲਣਾ ਹੀ ਨਿਕਲਣਾ ਸੀ, ਅੱਜ ਨਿਕਲੇ, ਕੱਲ੍ਹ ਨਿਕਲੇ, ਪਰਸੋਂ ਨਿਕਲੇ, ਆਖਰ ਉਹ ਹੋ ਗਿਆ ਜਿਹੜਾ ਲੱਗਦਾ ਸੀ ਕਿ ਹੋ ਜਾਣਾ। ਪਰ ਸਿੱਧੂ ਦਾ ਮੰਤਰੀ ਵਜੋਂ ਅਸਤੀਫਾ ਪ੍ਰਵਾਨ ਕੀਤਾ ਜਾਣਾ ਜਾਂ ਉਹਦਾ ਸਰਕਾਰ 'ਚੋਂ ਨਿਕਲਣਾ, ਇਹ ਪੰਜਾਬ ਦੇ ਭਲੇ 'ਚ ਨਹੀਂ, ਕਾਂਗਰਸ ਪਾਰਟੀ ਦੇ ਭਲੇ 'ਚ ਹੈਗਾ ਕਿ ਨਹੀਂ ਹੈਗਾ, ਇਹ ਆਪਣੇ ਤੌਰ 'ਤੇ ਵਿਖਣ ਜੀ। ਅੱਛਾ ਪੰਨਾ ਸਾਹਿਬ, ਇੱਕ ਚਰਚਾ ਹੋਰ ਹੈ ਜੀ ਕਿ ਜਿਹੜਾ ਪੰਜਾਬ ਦਾ ਪਾਣੀ ਆ ਉਹ ਹਰਿਆਣੇ ਨੂੰ ਜਾਈ ਵੀ ਜਾ ਰਿਹਾ, ਅਤੇ ਅੰਦਰ ਖਾਤੀ ਇੱਦਾਂ ਵੀ ਆ ਵੀ ਜਿਵੇਂ ਸਰਕਾਰਾਂ ਜਾਂ ਲੀਡਰ ਜਿਹੜੀਆਂ ਵੀ ਸਮੇਂ ਦੀਆਂ ਰਹੀਆਂ ਹੋਣ ਉਹਨਾਂ ਨੇ ਕਦੀ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਪਰ ਜਿਹੜੇ ਬਿਆਨ ਆਉਂਦੇ ਆ ਉਦੋਂ ਇੱਦਾਂ ਦੇ ਆਉਂਦੇ ਆ ਵੀ ਆਪਾਂ ਇੱਕ ਬੂੰਦ ਵੀ ਪਾਣੀ ਨਹੀਂ ਦੇਣੀ ਹਰਿਆਣੇ ਨੂੰ, ਇਹ ਕਹਾਣੀ ਥੋੜ੍ਹੀ ਸਮਝਾਓ। ਗੁਰਪ੍ਰੀਤ ਜੀ, ਮੈਂ ਜਿੰਨੀ ਵਾਰੀ ਇਹਦੇ ਉੱਤੇ ਸਿਰ ਖਪਾਈ ਕੀਤੀ ਆ, ਮੈਂ ਹਰ ਵਾਰੀ ਇਸ ਗੱਲ 'ਤੇ ਹੈਰਾਨ ਹੋਇਆ ਕਿ ਪੰਜਾਬ ਦੀਆਂ ਲੋਕਾਂ ਪੰਜਾਬ ਦੇ ਲੋਕਾਂ ਦੇ ਅੱਖੀ ਘੱਟਾ ਚਿੱਟੇ ਦਿਨ ਪਾਇਆ ਜਾ ਰਿਹਾ ਜੀ। ਇੱਥੇ ਜਿਹੜਾ ਲੀਡਰ ਉੱਠਦਾ, ਕੋਈ ਕਹਿੰਦਾ ਪੰਜਾਬ ਦੀ ਇੱਕ ਤਿੱਪ ਨਹੀਂ ਅਸੀਂ ਹਰਿਆਣਾ ਨੂੰ ਜਾਣ ਦੇਣੀ, ਕੋਈ ਕਹਿੰਦਾ ਰਾਜਸਥਾਨ ਤੋਂ ਰਾਇਲਟੀ ਲੈਣੀ ਆ, ਪਰ ਇਹ ਲੀਡਰ ਸਾਰੇ ਦੇ ਸਾਰੇ ਬਿਲਕੁਲ ਨਹੀਂ ਜਾਣਦੇ ਪੰਜਾਬ 'ਚ ਹੁੰਦਾ ਕੀ ਹੈ ਜੀ। ਇਹਨਾਂ 'ਚੋਂ ਕਿਸੇ ਨੇ ਵੀ ਕਦੇ ਇਹ ਨਹੀਂ ਵੇਖਿਆ ਕਿ ਪੰਜਾਬ 'ਚ ਨਹਿਰਾਂ ਜਿਹੜੀਆਂ ਵਗਦੀਆਂ ਉਹਨਾਂ ਦਾ ਨਕਸ਼ਾ ਕੀ ਕਹਿੰਦਾ। ਕਹਿੰਦੇ ਸਰਦਾਰ ਜਮਨਾ ਲਿੰਕ ਨਹਿਰ ਬਣ ਨਹੀਂ ਦੇਣੀ, ਨਾ ਬਣਨ ਦਿਓ, ਜਿਹੜੀ ਤੁਸੀਂ ਪੰਜਾਬ 'ਚੋਂ ਬਣਨੀ ਸੀ ਉਹ ਰੋਕ ਲਈ ਆ, ਜਿਹੜੀ ਹਰਿਆਣੇ 'ਚ ਬਣਨੀ ਸੀ ਉਹ ਬਣ ਗਈ ਆ, ਤੁਸੀਂ ਕਹਿੰਦੇ ਬਣਾਈ ਜਾਓ, ਉਹ 'ਚ ਅਸੀਂ ਪਾਣੀ ਨਹੀਂ ਵਗਣ ਦੇਣਾ, ਪਾਣੀ ਵਗ ਰਿਹਾ ਔਰ ਤੁਹਾਡਾ ਦਿੱਤਾ ਵਗ ਰਿਹਾ ਜੀ। ਪੰਜਾਬ ਦੇ ਲੋਕਾਂ ਨੂੰ ਕੌਣ ਦੱਸੇਗਾ ਕਿ ਜਿੰਨਾ ਪਾਣੀ ਐੱਸ ਵਾਈ ਐੱਲ ਨਹਿਰ 'ਚ ਜਾਣਾ ਸੀ ਸਮਝੌਤੇ ਦੇ ਮੁਤਾਬਕ, ਉਹਨਾਂ ਅੱਜ ਵੀ ਜਾ ਰਿਹਾ ਔਰ ਬਗੈਰ ਐਲਾਨ ਤੋਂ ਜਾ ਰਿਹਾ। ਸਰਹੰਦ ਅਤੇ ਮੰਡੀ ਗੋਬਿੰਦਗੜ੍ਹ ਦੇ ਵਿਚਾਲੇ ਜਿੱਥੋਂ ਸਰਹੰਦ ਨਹਿਰ ਲੰਘਦੀ ਹੈ ਉੱਥੇ ਬੋਟਿੰਗ ਕਲੱਬ ਬਣਿਆ ਜੀ, ਉਹ ਬੋਟਿੰਗ ਰੈਸਟੋਰੈਂਟ ਬਣਿਆ, ਉਹਦੇ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਇੱਕ ਥਾਂ 'ਤੇ ਇੱਕ ਬੈਰਿਜ ਹੈ, ਉੱਥੋਂ ਚੜ੍ਹਦੇ ਵੱਲ ਨੂੰ ਇੱਕ ਨਹਿਰ ਨਿਕਲਦੀ, ਉਹਦਾ ਨਾਮ ਨਰਵਾਣਾ ਬ੍ਰਾਂਚ ਹੈ। ਨਰਵਾਣਾ ਸਾਡੇ ਪੰਜਾਬ 'ਚ, ਉਹ ਹਰਿਆਣੇ 'ਚ ਜੀ, ਉਹ ਉੱਥੋਂ ਤੁਰੀ ਜਾਂਦੀ ਹੈ ਨਾਲ ਨਾਲ ਜੀ ਟੀ ਰੋਡ ਦੇ। ਰਾਜਪੁਰੇ ਅਤੇ ਪਟਿਆਲੇ ਵਾਲੀ ਜਿਹੜੀ ਸੜਕ ਆ ਉਸ ਸੜਕ ਨੂੰ ਟੱਪ ਕੇ ਘਨੌਰ ਹਲਕੇ 'ਚੋਂ ਹਰਿਆਣੇ 'ਚ ਜਾਂਦੀ ਹੈ। ਹਰਿਆਣੇ ਦਾ ਪਹਿਲਾ ਪਿੰਡ ਇਸਮਾਈਲਾਬਾਦ ਹੈ, ਉੱਥੋਂ ਫਿਰ ਦੱਖਣ ਵੱਲ ਨੂੰ ਤੁਰ ਪੈਂਦੀ ਹੈ। ਅੱਗੇ ਜਾ ਕੇ ਜਿਹੜੀ ਐੱਸ ਵਾਈ ਐੱਲ ਹਰਿਆਣੇ ਵਾਲਿਆਂ ਨੇ ਬਣਾਈ ਹੈ ਅਤੇ ਜਿਹੜੀ ਪੰਜਾਬ 'ਚ ਅਸੀਂ ਬਣ ਨਹੀਂ ਦਿੱਤੀ ਜੀ, ਉਹ ਤਾਂ ਦੋਵੇਂ ਇਕੱਠੀਆਂ ਹੋ ਜਾਂਦੀਆਂ, ਫਿਰ 10-12 ਕਿਲੋਮੀਟਰ ਇਕੱਠੀਆਂ ਤੁਰੀਆਂ ਜਾਂਦੀਆਂ ਨਾਲੋਂ ਨਾਲ, ਜਿਵੇਂ ਸਲਾਹ ਕਰਦੀਆਂ ਹੁਣ ਵੀ ਆਪਾਂ ਏਕਤਾ ਕਰਨੀ ਕਿ ਵੱਖੋ ਵੱਖ ਰਹਿਣਾ ਜੀ। 10-12 ਕਿਲੋਮੀਟਰ ਚੱਲਣ ਤੋਂ ਬਾਅਦ ਇੱਕ ਥਾਂ 'ਤੇ ਜਾ ਕੇ ਇੱਕ ਬੈਰਿਜ ਬਣਿਆ ਜਿੱਥੋਂ ਇਸ ਨਰਵਾਣਾ ਬ੍ਰਾਂਚ ਦਾ ਸਰਹੰਦ ਤੋਂ ਗਿਆ ਸਾਰਾ ਪਾਣੀ ਉਹ 'ਚ ਸੁੱਟ ਦਿੱਤਾ ਜਾਂਦਾ ਜੀ। ਉਦੋਂ ਅੱਗੇ ਸਤਲੁਜ ਜਮਨਾ ਲਿੰਕ ਨਹਿਰ ਭਰੀ ਚੱਲਦੀ ਹੈ। ਦੂਜੀ ਗੱਲ, ਸਰਹੰਦ ਤੋਂ ਇੱਕ ਤਾਂ ਨਰਵਾਣਾ ਬ੍ਰਾਂਚ ਕੱਢ ਦਿੱਤੀ, ਜਿਹੜੀ ਬਾਕੀ ਦੀ ਸਰਹੰਦ ਨਹਿਰ ਉਹ ਫਿਰ ਅੱਗੇ ਤੁਰੀ ਜਾਂਦੀ ਹੈ ਜੀ। ਅੱਗੇ ਚੱਲਦੀ ਚੱਲਦੀ ਪਾਤੜਾਂ ਕੋਲੋਂ ਖਨੌਰੀ ਪਹੁੰਚਦੀ ਹੈ, ਖਨੌਰੀ ਜਾ ਕੇ ਫਿਰ ਇੱਕ ਬੈਰਿਜ ਬਣਿਆ, ਉੱਥੋਂ ਇੱਕ ਨਹਿਰ ਬਕਾਇਦਾ ਹੋਰ ਨਿਕਲਦੀ ਹੈ ਜਿਹੜੀ ਹਰਿਆਣੇ 'ਚ ਚੱਲ ਜਾਂਦੀ ਹੈ ਜੀ। ਅਸੀਂ ਅਖਬਾਰਾਂ 'ਚ ਕਈ ਵਾਰ ਪੜ੍ਹਿਆ ਕਿ ਪੰਜਾਬ 'ਚ ਕਿਸੇ ਦਾ ਕੋਈ ਜੀ ਗੁੰਮ ਹੋ ਜਾਵੇ, ਸਮਝਿਆ ਜਾਵੇ ਉਹਨੇ ਨਹਿਰ ਛਾਲ ਮਾਰ ਦਿੱਤੀ ਹੈ ਜਾਂ ਉਹਨੂੰ ਕੋਈ ਨਹਿਰ ਸੁੱਟ ਆਇਆ ਜਾਂ ਮਾਰ ਕੇ ਸੁੱਟਤਾ, ਅਤੇ ਉਹਨੇ ਲਾਸ਼ਾਂ ਕਿੱਥੇ ਨਿਕਲਦੀਆਂ। ਖਨੌਰੀ ਦੇ ਅਗਲੇ ਪਾਸੇ ਜਿਹੜਾ ਬੈਰਿਜ ਬਣਿਆ ਉਹ ਹਰਿਆਣੇ ਦੀ ਹੱਦ 'ਚ ਆ, ਉੱਥੋਂ ਜਾ ਕੇ ਲਾਸ਼ਾਂ ਨਿਕਲਦੀਆਂ ਅਤੇ ਉੱਥੇ ਬੰਦੇ ਬੈਠੇ ਨੇ ਗੋਤਾਖੋਰ ਕੱਢ ਕੱਢ ਦੇਈ ਜਾਂਦੇ, ਕਦੇ ਕਿਸੇ ਨੇ ਵੇਖਿਆ ਵੀ ਉੱਥੇ ਪਾਣੀ ਕਿੰਨਾ ਜਾ ਰਿਹਾ ਜੀ। ਇਹ ਸਾਰੀ ਦੀ ਸਾਰੀ ਸਰਹੰਦ ਨਹਿਰ ਉੱਥੇ ਜਾ ਰਹੀ ਹੈ, ਇਹਦੇ 'ਚ ਪਾਣੀ ਘੱਟ ਜਾਂਦਾ ਸੀ। 2015 'ਚ ਹਰਿਆਣੇ ਦੀ ਸਰਕਾਰ ਨੇ ਪੰਜਾਬ ਨੂੰ ਪੈਸਾ ਦਿੱਤਾ, ਉੱਥੇ ਕਿਸੇ ਨੇ RTI ਪਾ ਕੇ ਪੁੱਛਿਆ ਪੰਜਾਬ ਨੂੰ ਪੈਸਾ ਕਿਉਂ ਦਿੱਤਾ ਜੀ, ਕਹਿੰਦੇ ਜੀ ਪੰਜਾਬ ਤੋਂ ਨਿਕਲਦੀ ਨਹਿਰ ਥੱਲਿਓਂ ਘੱਟ ਚੌੜੀ ਆ, ਜਿਉਂ ਜਿਉਂ ਉੱਪਰ ਨੂੰ ਜਾਂਦੀ ਵੱਧ ਚੌੜੀ ਹੋਈ ਜਾਂਦੀ ਹੈ, ਉੱਤੋਂ ਜਾ ਕੇ 2-2 ਫੁੱਟ ਕੰਢਾ ਉੱਚਾ ਕੀਤਾ ਗਿਆ ਤਾਂ ਕਿ ਪਾਣੀ ਹੋਰ ਵੱਧ ਵਗੇ। ਜਦੋਂ ਕੰਢਾ ਉੱਚਾ ਥੱਲੇ ਜਿਹੜਾ 1 ਮੀਟਰ 'ਚ 1 ਫੁੱਟ 'ਚ ਪਾਣੀ ਵਗਦਾ ਜੀ, ਉਹ ਤਾਂ ਕੱਖ ਵੀ ਨਹੀਂ ਗਾ, ਉੱਪਰ 1 ਫੁੱਟ ਜਿਹੜਾ ਥੱਲੇ ਵਾਲਾ 10 ਫੁੱਟਾਂ ਦੇ ਬਰਾਬਰ ਆ, ਉਹ ਪਾਣੀ ਉਹਦੇ 'ਚ ਵਧਾਇਆ ਗਿਆ ਇਸ ਕਰਕੇ ਕਿ ਇਹ ਹਰਿਆਣੇ ਨੂੰ ਦੇਣਾ ਅਤੇ ਪੂਰਾ ਕਰਕੇ ਦੇਣਾ। ਅਤੇ ਪੰਜਾਬ ਦੇ ਉਸ ਵਕਤ ਦੇ ਮੰਤਰੀ ਨੇ ਪੰਜਾਬ ਵਿਧਾਨ ਸਭਾ 'ਚ ਆਖਿਆ ਸੀ ਨਹਿਰ ਵਿੱਚ ਗਾਰ ਬੜੀ ਇਸ ਕਰਕੇ ਕੰਢੇ ਉੱਚੇ, ਹੁਣ ਤੱਕ ਤਾਂ ਗਾਰ ਕੱਢਦੇ ਹੁੰਦੇ ਸਨ, ਹੁਣ ਗਾਰ ਨਹੀਂ ਕੱਢੀ, ਕੰਢੇ ਉੱਚੇ ਕਰ ਦਿੱਤੇ ਆ ਤਾਂ ਕਿ ਪਾਣੀ ਵੱਧ ਜਿਹੜਾ ਉਸ ਖਨੌਰੀ ਵਾਲੀ ਨਹਿਰ 'ਚ ਪਾ ਕੇ ਹਰਿਆਣੇ ਨੂੰ ਇੰਨਾ ਦਿੱਤਾ ਜਾਵੇ ਕਿ ਉੱਧਰਲੇ
ਜਿਹੜੇ ਘਾਟੇ ਪੂਰੇ ਕੀਤੇ ਜਾ ਸਕਣ ਬਗੈਰ ਸਤਲੁਜ ਜਮਨਾ ਲਿੰਕ ਨਹਿਰ ਬਣਾਏ ਤੋਂ ਜੀ, ਇਸ ਗੱਲ ਦੇ ਉੱਤੇ ਟਿੱਕ ਕੇ ਕਿ ਅਸੀਂ ਹਰਿਆਣੇ ਨੂੰ ਪਾਣੀ ਦੀ ਇੱਕ ਬੂੰਦ ਨਹੀਂ ਦੇਣੀ, ਇੱਕ ਤਿੱਪ ਨਹੀਂ ਦੇਣੀ, ਜਿੰਨਾ ਦੇਣਾ ਸੀ ਉਹਦੇ ਨਾਲ ਵੱਧ ਪਾਣੀ ਨਰਵਾਣੇ ਤੋਂ ਅਤੇ ਇੱਧਰੋਂ ਖਨੌਰੀ ਤੋਂ ਦਿੱਤਾ ਜਾ ਰਿਹਾ। ਔਰ ਇਹ 2015 ਤੋਂ ਉਸ ਵਕਤ ਕੇਂਦਰ ਦੇ ਵਿੱਚ ਬੈਠ ਕੇ ਕਿਤੇ ਕੋਈ ਗੱਲਬਾਤ ਹੋਈ ਹੈ, ਕੋਈ ਸਮਝੌਤਾ ਹੋਇਆ? 2015 ਜਿਨ੍ਹਾਂ ਦੀ ਸਰਕਾਰ ਸੀ ਉਹ ਜਵਾਬ ਦੇਣ, ਜਿਹੜੇ ਮੰਤਰੀ ਨੇ ਵਿਧਾਨ ਸਭਾ 'ਚ ਆਖਿਆ ਸੀ ਗਾਰ ਨਹੀਂ ਕੱਢੀ ਅਤੇ ਕੰਢੇ ਵਿੱਚ ਕੀਤੇ ਆ, ਉਹਨੂੰ ਜਵਾਬ ਦੇਣਾ ਚਾਹੀਦਾ। ਪੰਜਾਬ ਦੇ ਲੋਕਾਂ ਨਾਲ ਚਿੱਟੇ ਦਿਨ ਧੋਖਾ ਕੀਤਾ ਗਿਆ ਅਤੇ ਜਿਹੜੇ ਇੱਥੇ ਨਾਰੇ ਮਾਰੀ ਜਾਂਦੇ ਆ ਆਹ ਕਰ ਦੇਣਾ ਉਹ ਕਰ ਦੇਣਾ, ਇਹਨਾਂ 'ਚੋਂ ਕਦੇ ਕਿਸੇ ਨੇ ਨਹਿਰਾਂ ਦਾ ਨਕਸ਼ਾ ਨਹੀਂ ਵੇਖਿਆ, ਜਾ ਕੇ ਵੇਖਣ ਤਾਂ ਸਹੀ ਸਰਹੰਦ ਕੋਲ ਹੀ ਬੈਠ ਕੇ ਵੇਖ ਲੈਣ, ਉਹਦੇ ਨਾਲ ਨਾਲ ਮੋਟਰਸਾਈਕਲ ਮਾਰਨ ਫੱਟ ਪਤਾ ਲੱਗ ਜਾਏਗਾ ਜੀ। ਪੰਨੂ ਸਾਹਿਬ, ਜਦੋਂ ਕਦੀ ਇਤਲਾਹ ਮਿਲੇ ਤਾਂ ਬੱਸ ਅੱਡਿਆਂ 'ਤੇ ਜਾ ਕੇ ਪੁਲਿਸ ਵਾਲੇ ਬੱਸਾਂ 'ਤੇ ਚੈੱਕ ਕਰ ਦਿੰਦੇ ਆ, ਪਰ ਇੱਕ ਗੱਲ ਸੁਣਨ 'ਚ ਆ ਰਹੀ ਹੈ ਕਿ ਵੀ ਹੁਣ ਯੂਕੇ 'ਚ ਜਦੋਂ ਜਹਾਜ਼ ਇੰਡੀਆ ਨੂੰ ਚੱਲਣ ਲੱਗਦਾ ਅਤੇ ਉਹਦੀ ਚੈਕਿੰਗ ਹੁੰਦੀ ਆ, ਅਤੇ ਜਦੋਂ ਇੰਡੀਆ ਤੋਂ ਯੂਕੇ ਵੱਲ ਨੂੰ ਚੱਲਣ ਲੱਗਦਾ ਉਹਦੀ ਚੈਕਿੰਗ ਹੁੰਦੀ ਹੈ, ਇਹ ਐਡੀ ਕੀ ਲੋੜ ਪੈ ਗਈ ਹੈ ਜੀ ਵੀ ਸਿਰਫ ਇਹੀ ਫਲਾਈਟਾਂ ਚੈੱਕ ਹੋ ਰਹੀਆਂ? ਫਲਾਈਟਾਂ 'ਤੇ ਉਹ ਸਾਰੀਆਂ ਚੈੱਕ ਕਰਦੇ ਜੀ, ਉਹ ਸਿਕਿਉਰਿਟੀ ਚੈੱਕ ਹਰ ਫਲਾਈਟ 'ਤੇ ਦੁਨੀਆ ਭਰ 'ਚ ਹਰ ਥਾਂ ਹੁੰਦਾ ਜੀ, ਡੋਮੈਸਟਿਕ ਫਲਾਈਟਾਂ ਦਾ ਘੱਟ, ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਉਹਨਾਂ ਦਾ ਵੱਧ ਹੁੰਦਾ ਜੀ, ਪਰ ਇਹ ਯੂਕੇ ਦੇ ਵਿੱਚੋਂ ਔਰ ਕੁਝ ਹੋਰ ਦੇਸ਼ਾਂ ਵਿੱਚ ਵੀ ਆ ਜੀ, ਇਕੱਲੇ ਭਾਰਤ ਨੂੰ ਨਹੀਂ, ਭਾਰਤ ਦੇ ਨਾਲ ਆਂਢ ਗੁਆਂਢ ਖਾਸ ਤੌਰ 'ਤੇ ਪਾਕਿਸਤਾਨ ਜੀ, ਇੱਥੇ ਜਿਹੜੀਆਂ ਫਲਾਈਟਸ ਆਉਂਦੀਆਂ ਜਿਹੜੇ ਪਰਿਵਾਰ ਪੂਰੇ ਪੂਰੇ ਆ ਰਹੇ, ਉਹਨਾਂ ਪਰਿਵਾਰਾਂ ਨੂੰ ਉਚੇਚੇ ਤੌਰ 'ਤੇ ਚੈੱਕ ਕੀਤਾ ਜਾਂਦਾ ਇੱਧਰ ਨੂੰ ਆਉਣ ਲੱਗਿਆਂ ਵੀ, ਅਤੇ ਜਦੋਂ ਵਾਪਸ ਯੂਕੇ 'ਚ ਜਾਂਦੇ ਆ, ਲੰਡਨ ਜਾ ਕੇ ਉਤਰਦੇ ਆ, ਬਰਮਿੰਘਮ ਜਾ ਕੇ ਉਤਰਦੇ ਆ, ਉੱਥੇ ਵੀ ਜੀ, ਉਹਦਾ ਕਾਰਨ ਕੀ ਆ? ਉੱਥੇ ਇੱਕ ਬਹੁਤ ਵੱਡਾ ਮੁੱਦਾ ਬਣਿਆ ਪਿਆ ਕਿ ਉੱਥੋਂ ਲੜਕੀਆਂ ਨੂੰ ਜਿਹੜੀਆਂ ਇੰਗਲੈਂਡ 'ਚ ਜੰਮੀਆਂ ਪਲੀਆਂ ਨੇ ਜੀ, ਉੱਥੋਂ ਦੀਆਂ ਪੱਕੀਆਂ ਸਿਟੀਜ਼ਨ ਨੇ, ਪਰਿਵਾਰ ਲੈ ਕੇ ਆਉਂਦੇ ਆ ਭਾਰਤ ਵਿੱਚ ਵੀ ਪਾਕਿਸਤਾਨ ਵਿੱਚ ਵੀ, ਇੱਥੇ ਲਿਆ ਕੇ ਕਿਸੇ ਨਾ ਕਿਸੇ ਰਿਸ਼ਤੇਦਾਰ ਦੇ ਮੁੰਡੇ ਨਾਲ ਜ਼ਬਰਦਸਤੀ ਵਿਆਹ ਦਿੱਤੀਆਂ ਜਾਂਦੀਆਂ, ਅਤੇ ਵਿਆਹ ਕੇ ਅਤੇ ਇੱਕ ਮੁੰਡਾ ਉੱਥੇ ਲਿਜਾਇਆ ਜਾਂਦਾ, ਫਿਰ ਉਸ ਕੁੜੀ ਦੀ ਕੋਈ ਜ਼ਿੰਦਗੀ ਨਹੀਂ ਰਹਿੰਦੀ ਜੀ, ਉਹਨਾਂ ਨੂੰ ਘਰਾਂ 'ਚ ਘੇਰ ਕੇ ਰੱਖਿਆ ਜਾਂਦਾ, ਉੱਥੋਂ ਦੀਆਂ ਸਿਟੀਜ਼ਨ ਹੋਣ ਦੇ ਬਾਵਜੂਦ ਉਹਨੂੰ ਡਰਾ ਕੇ ਰੱਖਿਆ ਜਾਂਦਾ ਜੀ। ਆ ਪਿਛਲੇ ਹਫ਼ਤੇ ਦੀ ਗੱਲ, ਭਾਰਤ ਤੋਂ ਇੱਕ ਪਰਿਵਾਰ ਗਿਆ ਹੀਥਰੋ ਹਵਾਈ ਅੱਡੇ 'ਤੇ, ਉਹ ਚੈੱਕ ਕਰਦੇ ਪਏ ਸੀ, ਉਹਨਾਂ ਅਚਾਨਕ ਵੇਖਿਆ ਕਿ ਕੁੜੀ ਜਿਹੜੀ ਆ ਚੂੜਾ ਨੇ ਪਾਇਆ ਅਤੇ ਚਿਹਰੇ ਦਾ ਰੰਗ ਉੱਡਿਆ, ਉਹਨਾਂ ਸਾਰਾ ਪਰਿਵਾਰ ਪਾਸੇ ਸੱਦ ਲਿਆ, ਪਾਸੇ ਕਰਕੇ ਉਹਨੂੰ ਪੁੱਛਿਆ, ਕਹਿੰਦੇ ਜੀ ਮਾਪੇ ਕਹਿੰਦੇ ਸੀ ਆਪਾਂ ਛੁੱਟੀਆਂ ਕੱਟਣ ਜਾਣਾ, ਉੱਥੇ ਜਾ ਕੇ ਮਾਸੀ ਦੇ ਪੁੱਤ ਨਾਲ ਵਧੋ ਵਧੀ ਵਿਆਹ ਤੀ ਜੀ, ਉਹ ਕੁੜੀ ਪੰਜਾਬੀ ਨਹੀਂ ਕਿਸੇ ਦੂਸਰੇ ਰਾਜ ਦੀ ਆ ਜੀ, ਉੱਥੇ ਜਾ ਕੇ ਵਿਆਹ ਤੀ, ਆਹ ਮੁੰਡਾ ਨਾਲ ਆਇਆ, ਮੁੰਡੇ ਨੂੰ ਪੁੱਛਿਆ ਗਿਆ ਕਿ ਰਿਸ਼ਤਾ ਕਿੱਦਾਂ ਹੋਇਆ ਜੀ, ਕੀ ਕੁਛ ਆ, ਉਹ ਮੁੰਡੇ ਨੂੰ ਕੱਖ ਵੀ ਨਹੀਂ ਪਤਾ ਜੀ, ਕੁੜੀ ਨਾਲ ਧੋਖਾ ਜੀ। ਇੱਦਾਂ ਦੇ ਦੋ ਤਿੰਨ ਕੇਸ ਪਾਕਿਸਤਾਨ 'ਚ ਹੋਏ ਨੇ, ਇੱਕ ਕੇਸ ਦੇ ਵਿੱਚ ਤਾਂ ਇਹ ਵੀ ਹੋਇਆ ਸੀ ਕਿ ਕੁੜੀ ਕਿਸੇ ਤਰੀਕੇ ਘਰ ਵਿੱਚੋਂ ਭੱਜ ਕੇ ਇੱਕ ਪੀ ਸੀ ਓ 'ਤੇ ਚਲੀ ਗਈ, ਅਤੇ ਉਹਨੇ ਜਾ ਕੇ ਹਾਈ ਕਮਿਸ਼ਨ ਨੂੰ ਫੋਨ ਕੀਤਾ ਕਿ ਮੈਨੂੰ ਧੋਖੇ ਨਾਲ ਲਿਆ ਅਤੇ ਇੱਥੇ ਇੱਕ ਛੱਟਿਆ ਫੁੱਕਿਆ ਜਿਹਾ ਮੁੰਡਾ ਤੁਰਦਾ, ਮੈਨੂੰ ਵਿਆਹ ਤਾ ਜੀ। ਸਾਡੇ ਪੰਜਾਬ 'ਚ ਇੱਕ ਵਾਰੀ ਮੋਗੇ ਇਸ ਤਰ੍ਹਾਂ ਹੋ ਗਿਆ ਸੀ, ਇੱਥੇ ਬਹੁਤ ਵੱਡਾ ਰੌਲਾ ਪਿਆ ਸੀ, ਇੱਕ ਮੰਤਰੀ ਦਾ ਹੱਥ ਵੀ ਦੱਸਿਆ ਜਾ ਰਿਹਾ ਸੀ, ਉਦੋਂ ਵੀ ਬਹੁਤ ਚਰਚਾ ਚੱਲੀ ਸੀ ਜੀ। ਇੱਦਾਂ ਦੇ ਕੰਮ ਜਿਹੜੇ ਹੋ ਰਹੇ ਨੇ, ਇਕੱਲਾ ਇਹੋ ਹੀ ਨਹੀਂ, ਕਈ ਕੁੜੀਆਂ ਜਿਹੜੀਆਂ ਨੂੰਹਾਂ ਨੇ ਉਹ ਜਦੋਂ ਉੱਥੇ ਪ੍ਰੈਗਨੈਂਟ ਹੁੰਦੀਆਂ ਅਤੇ ਬਹਾਨੇ ਨਾਲ ਅਸੀਂ ਜੀ ਉੱਥੇ ਇੰਡੀਆ ਚੱਲੇ ਹਾਂ, ਇੱਥੇ ਜਦੋਂ ਲਿਜਾਇਆ ਜਾਂਦਾ ਵਾਪਸ ਜਾਂਦੇ ਆ ਅਤੇ ਉਹਨਾਂ ਨੂੰ ਵੀ ਉਹ ਚੈੱਕ ਕਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਇੰਡੀਆ 'ਚ ਜਾ ਕੇ ਟੈਸਟ ਕਰਵਾਏ ਜਾਂਦੇ ਆ, ਜੇ ਟੈਸਟ ਵਿੱਚ ਪਤਾ ਲੱਗ ਜਾਵੇ ਕਿ ਪੇਟ ਵਿੱਚ ਬੱਚਾ ਨਹੀਂ ਬੱਚੀ ਆ ਜੀ, ਅਤੇ ਇੱਥੇ ਅਬਾਰਸ਼ਨ ਕਰਾ ਕੇ ਜਾਂਦੇ ਨੇ। ਇਹ ਬਦਨਾਮੀ ਆਸਟ੍ਰੇਲੀਆ ਵਿੱਚ ਵੀ ਸਾਡੇ ਲੋਕਾਂ ਦੀ ਹੋ ਰਹੀ ਹੈ, ਭਾਰਤੀਆਂ ਦੀ ਵੀ, ਪਾਕਿਸਤਾਨੀਆਂ ਦੀ ਵੀ, ਇਹ ਇੰਗਲੈਂਡ 'ਚ ਵੀ ਹੋ ਰਹੀ ਹੈ, ਇਹ ਕਈ ਹੋਰ ਦੇਸ਼ਾਂ 'ਚ ਵੀ ਹੋ ਰਹੀ ਹੈ। ਸਾਡੇ ਵਾਲਿਆਂ ਨੇ ਆਪਣੀਆਂ ਕਰਤੂਤਾਂ ਜਿਹੜੀਆਂ ਇੱਥੇ ਭਾਰਤ ਵਿੱਚ ਸਨ ਜੀ, ਭਾਰਤੀ ਪੰਜਾਬ ਪਾਕਿਸਤਾਨੀ ਪੰਜਾਬ ਵਿੱਚ ਸਨ, ਸਿੰਧ ਵਿੱਚ ਸਨ, ਗੁਜਰਾਤ ਵਿੱਚ ਸਨ, ਕੇਰਲਾ ਵਿੱਚ ਸਨ, ਬਲੋਚਿਸਤਾਨ ਵਿੱਚ ਸਨ ਜੀ, ਉਹ ਜਿੰਨੀਆਂ ਇੱਥੇ ਸਨ ਉਹ ਸਾਰੀਆਂ ਮਾੜੀਆਂ ਆਦਤਾਂ ਉੱਥੋਂ ਤੱਕ ਪਹੁੰਚਾ ਦਿੱਤੀਆਂ, ਅਤੇ ਉੱਥੋਂ ਦੀਆਂ ਸਰਕਾਰਾਂ ਵੀ ਇਹ ਸਮਝਣ ਲੱਗ ਪਈਆਂ ਕਿ ਇਹਨੂੰ ਚੈੱਕ ਕਰਨ ਵਾਸਤੇ ਕੁਝ ਨਾ ਕੁਝ ਕਰਨਾ ਹੀ ਪੈਣਾ, ਅਤੇ ਹੁਣ ਉਹ ਫਲਾਈਟਾਂ ਉੱਥੋਂ ਤੁਰਨ ਲੱਗੀਆਂ ਨੂੰ ਵੀ ਚੈੱਕ ਕਰਦੇ, ਵਾਪਸ ਗਈਆਂ ਨੂੰ ਵੀ ਚੈੱਕ ਕਰਦੇ ਆ, ਇਸ ਕੰਮ ਵਾਸਤੇ ਉਚੇਚੇ ਸੈੱਲ ਬਣਾ ਕੇ, ਉਚੇਚੇ ਜਿਹੜੇ ਗਰੁੱਪ ਨੇ ਉਹ ਬਣਾ ਕੇ ਉਹਨਾਂ ਨੇ ਏਅਰਪੋਰਟਾਂ 'ਤੇ ਬਿਠਾਏ ਆ। ਸਾਡੇ ਲਈ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਬੰਦਿਆਂ ਨੇ, ਸਾਰੇ ਬੰਦੇ ਇੱਦਾਂ ਦੇ ਨਹੀਂ, ਸਾਡੇ ਲੋਕ ਆਮ ਤੌਰ 'ਤੇ ਚੰਗੇ ਆ ਜੀ, ਪਰ ਉਹਨਾਂ 'ਚ 1% ਵੀ ਨਹੀਂ, 0.1% ਵੀ ਨਹੀਂ, 0.01% ਵੀ ਹੋਣ ਅਤੇ ਬਦਨਾਮੀ ਸਾਰੀ ਕਮਿਊਨਿਟੀ ਦੀ ਹੋ ਰਹੀ ਆ ਜੀ। ਅੱਛਾ ਭਾਨੂੰ ਸਾਹਿਬ, ਇੱਕ ਚਰਚਾ ਸੰਸਦ ਮੈਂਬਰ ਇੱਕ ਨੇ ਜੀ ਭਾਜਪਾ ਦੇ, ਉਹਨਾਂ ਦੇ ਬਿਆਨ ਤੋਂ ਬਾਅਦ ਚੱਲ ਪਈ ਆ, ਹੁਣ ਤੱਕ ਤਾਂ ਇਹੋ ਕਹਿੰਦੇ ਆਏ ਸੀ ਭਾਜਪਾ ਵਾਲੇ ਜਾਂ ਪਹਿਲਾਂ ਵੀ ਕਿ ਵੀ ਬੰਦਾ ਜਿਹੜਾ ਉਹਦੇ ਪੂਰਵਜ ਜਿਹੜੇ ਸੀ ਉਹ ਵੀ ਬਾਂਦਰ ਹੁੰਦੇ ਸੀ, ਬਾਂਦਰ ਤੋਂ ਬੰਦਾ ਬਣਿਆ, ਉਹ ਕਹਿੰਦੇ ਜੋ ਜੋ ਮਰਜ਼ੀ ਹੋਵੇ ਮੈਂ ਇਸ ਗੱਲ ਨੂੰ ਨਹੀਂ ਮੰਨਦਾ, ਉਹ ਕਹਿੰਦੇ ਸਾਡੇ ਪੂਰਵਜ ਤਾਂ ਰਿਸ਼ੀ ਮੁਨੀ ਸੀਗੇ, ਬਾਂਦਰ ਨਹੀਂ ਹੋ ਸਕਦੇ, ਇੱਦਾਂ ਕਿਉਂ ਜੀ?
ਦੇਖੋ, ਇਹ ਤਾਂ ਡਾਰਵਿਨ ਦੀ ਥਿਊਰੀ ਸਾਬਤ ਕਰ ਚੁੱਕੀ ਹੈ ਕਿ ਜਿੰਨੇ ਵੀ ਜੀਵ ਆ ਇਹਨਾਂ ਦਾ ਜਿਹੜਾ ਭਰੂਣ ਆ ਉਹਦੀ ਕਿਤੇ ਨਾ ਕਿਤੇ ਜੜ ਕੋਈ ਜੀਨ ਇੱਕ ਦੂਜੇ ਨਾਲ ਮਿਲਦਾ ਜੀ। ਸਾਇੰਸ ਇਹ ਸਾਬਤ ਕਰਦੀ ਹੈ ਕਿ ਧਰਤੀ 'ਤੇ ਸਲਾਬ ਹੋਈ, ਸਲਾਬ 'ਚੋਂ ਅਮੀਬਾ, ਅਮੀਬਾ 'ਚੋਂ ਪੈਰਾਮੀਸ਼ੀਅਮ, ਪੈਰਾਮੀਸ਼ੀਅਮ 'ਚ ਡੱਡੂ, ਡੱਡੂ ਤੋਂ ਹੌਲੀ ਹੌਲੀ ਇਹ ਦੋ ਸ਼ਾਖਾ ਹੋ ਗਈਆਂ, ਇੱਕ ਮੱਛੀਆਂ ਦੀ ਜੀ ਜਿਹੜੇ ਪਾਣੀ 'ਚ ਰਹਿਣ ਵਾਲੇ, ਇੱਕ ਧਰਤੀ 'ਤੇ ਫਿਰਨ ਵਾਲਿਆਂ ਦੀ, ਅਤੇ ਡੱਡੂ ਅਤੇ ਕਛੂਕੁਮਾ ਇਹੋ ਜਿਹੇ ਹੋ ਗਏ, ਮਗਰਮੱਛ ਵੀ ਜਿਹੜੇ ਧਰਤੀ ਉੱਤੇ ਵੀ ਜਾ ਸਕਦੇ ਜੀ, ਪਾਣੀ ਵਿੱਚ ਵੀ ਰਹਿ ਸਕਦੇ, ਗੈਂਡਾ ਇੱਦਾਂ ਦੇ ਜਿਹੜਾ ਉਹ ਹਿੱਪੋ ਹੈ, ਕਈ ਇਸ ਤਰ੍ਹਾਂ ਦੇ ਚੱਲ ਪਏ ਨੇ ਜਾ ਸਕਦੇ ਦੋਵੇਂ ਥਾਈਂ ਜੀ। ਉਹ ਜਿਹੜੀ ਡੱਡੂਆਂ ਵਾਲੀ ਸ਼ਾਖਾ ਸੀ ਉਹ ਅੱਗੇ ਵੱਧਦੀ ਵੱਧਦੀ ਬਾਂਦਰ ਤੱਕ ਆਈ, ਬਾਂਦਰ ਤੋਂ ਬੰਦਾ ਬਣਿਆ। ਇਸ ਬੰਦੇ ਨੇ ਆਪਣੀ ਲੋੜ ਵਾਸਤੇ ਭਗਵਾਨ ਸਿਰਜ ਲਿਆ, ਕਿਸੇ ਨੇ ਕੋਈ ਨਕਸ਼ਾ ਨਹੀਂ ਬਣਾਇਆ ਜੀ। ਕੋਈ ਬੰਦੇ ਦੇ ਪੜ੍ਹਨ ਲਿਖਣ ਤੋਂ ਪਹਿਲਾਂ ਦਾ ਗ੍ਰੰਥ ਤਾਂ ਮਿਲਦਾ ਨਹੀਂ, ਜਿੰਨੇ ਗ੍ਰੰਥ ਉਹ ਤਾਂ ਉਦੋਂ ਦੇ ਆ ਜਦੋਂ ਬੰਦੇ ਨੇ ਪੜ੍ਹਨਾ ਲਿਖਣਾ ਸਿੱਖਿਆ। ਉਦੋਂ ਉਹਨੇ ਸੋਚਿਆ ਕਿ ਉੱਤੇ ਕੁਝ ਆਲਮਾਈਟੀ ਹੋਊਗਾ ਜਿਹਨੇ ਸਾਰਾ ਕੁਝ ਪੈਦਾ ਕੀਤਾ, ਉਹਨੇ ਉਹਨੂੰ ਬਣਾ ਲਿਆ। ਉਹਨੇ ਫਿਰ ਆਪਣੇ ਵਾਸਤੇ ਰਿਸ਼ੀ ਮੁਨੀ ਸਿਰਜ ਲਏ, ਹਰ ਥਾਂ 'ਤੇ ਵੱਖੋ ਵੱਖਰੇ। ਮੈਂ ਨਿਊਜ਼ੀਲੈਂਡ 'ਚ ਗਿਆ, ਉੱਥੇ ਇੱਕ ਕਮਿਊਨਿਟੀ ਇਹੋ ਜਿਹੀ ਹੈ ਜਿਹੜੀ ਕਹਿੰਦੀ ਹੈ ਕਿ ਧਰਤੀ ਅਤੇ ਅਸਮਾਨ ਇਹ ਪਤੀ ਪਤਨੀ ਆ, ਇਹਦੇ ਵਿੱਚ ਫਲਾਣੇ ਫਲਾਣੇ ਦੇਵਤੇ ਆ, ਦੇਵਤਿਆਂ ਦੇ ਖੇਡਣ ਵਾਸਤੇ ਥਾਂ ਨਹੀਂ ਬਚਦੀ, ਇਸ ਕਰਕੇ ਅਸਮਾਨ ਉੱਤੇ ਚਲਾ ਗਿਆ, ਧਰਤੀ ਥੱਲੇ ਆ ਗਈ, ਅਤੇ ਵਿਚਾਲੇ ਦਾ ਥਾਂ ਖਾਲੀ ਛੱਡਤਾ, ਸਾਡੇ ਬੱਚੇ ਖੇਡਣ, ਬੱਚੇ ਦੇਵਤੇ ਆ। ਹਰ ਥਾਂ ਦੇ ਉੱਤੇ ਇਸ ਤਰ੍ਹਾਂ ਦੇ ਅੱਡੋ ਅੱਡ ਵਿਚਾਰ ਨੇ। ਇਹਨਾਂ ਨੂੰ ਆਮ ਤੌਰ 'ਤੇ ਮਾਨਤਾ ਦਿੱਤੀ ਜਾਂਦੀ ਹੈ ਕਿ ਡੱਡੂ ਤੋਂ ਬਾਂਦਰ, ਬਾਂਦਰ ਤੋਂ ਬੰਦਾ ਬਣਿਆ ਜੀ। ਪਰ ਇੱਥੇ ਕਈ ਲੋਕ ਹੈਗੇ ਆ ਜਿਹੜੇ ਸਾਇੰਸ ਨੂੰ ਨਹੀਂ ਮੰਨਣਾ ਚਾਹੁੰਦੇ। ਪਿਛਲੇ ਸਾਲ ਭਾਜਪਾ ਨਾਲ ਜੁੜੇ ਹੋਏ ਇੱਕ ਸਾਇੰਸਦਾਨ ਨੇ, ਜਿਹੜਾ ਭਾਜਪਾ ਹੀ ਸਾਇੰਸਦਾਨ ਸੀ ਜੀ, ਉਹਨੇ ਕਹਿ ਦਿੱਤਾ ਕਿ ਉਹਨਾਂ ਦੀ ਗੁਥਲੀ ਦੇ ਵਿੱਚ ਭਰੂਣ ਪਾ ਕੇ ਦੱਬਿਆ ਸੀ, ਉਹ 'ਚੋਂ ਸੀਤਾ ਮਾਤਾ ਪੈਦਾ ਹੋਈ, ਅਤੇ ਸੀਤਾ ਮਾਤਾ ਭਾਰਤ ਦਾ ਸਭ ਤੋਂ ਪਹਿਲਾ ਟੈਸਟ ਟਿਊਬ ਬੇਬੀ ਸੀ। ਇੰਨੀ ਇੰਨੀ ਕਮਾਲ ਦੀ ਗੱਲ ਕਹਿੰਦੇ ਆ। ਉਹ ਤਾਂ ਕਹਿੰਦੇ ਵਟਸਐਪ ਹੁਣ ਐਵੇਂ ਝੂਠ ਬੋਲਦੇ ਆਇਆ, ਇਹ ਤਾਂ ਮਹਾਂਭਾਰਤ ਦੇ ਵੇਲੇ ਹੁੰਦਾ ਸੀਗਾ। ਇੱਦਾਂ ਦੀਆਂ ਖੋਜਾਂ ਕਰਨ ਵਾਲਿਆਂ 'ਚੋਂ ਬੰਬੇ ਦਾ ਸਾਬਕਾ ਪੁਲਿਸ ਕਮਿਸ਼ਨਰ, ਅੱਜ ਕੱਲ੍ਹ ਉਹ ਭਾਜਪਾ ਦਾ ਪਾਰਲੀਮੈਂਟ ਮੈਂਬਰ ਹੈ ਜੀ, ਪਿਛਲੀ ਮੋਦੀ ਸਰਕਾਰ 'ਚ ਮੰਤਰੀ ਵੀ ਹੁੰਦਾ ਸੀ, ਉਹਨੇ ਕਿਹਾ ਜੀ ਮੈਂ ਤਾਂ ਮੰਨਣ ਨੂੰ ਤਿਆਰ ਨਹੀਂ ਕਿ ਬੰਦਾ ਬਾਂਦਰ ਦੀ ਔਲਾਦ ਹੈ ਜੀ, ਸਾਡੇ ਵੱਡੇ ਵਡੇਰੇ ਬਾਂਦਰ ਥੋੜ੍ਹੇ ਸੀ, ਅਸੀਂ ਤਾਂ ਰਿਸ਼ੀਆਂ ਮੁਨੀਆਂ ਦੀ ਔਲਾਦ ਹਾਂ। ਹੁਣ ਜੇ ਵੀ ਤੁਹਾਨੂੰ ਇੱਦਾਂ ਤਸੱਲੀ ਮਿਲਦੀ ਹੈ ਤਾਂ ਕਰੀ ਚੱਲੋ। ਉਹ ਜਦੋਂ ਗਲੀਲੀਓ ਨੂੰ ਆਖਿਆ ਗਿਆ ਸੀ ਕਿ ਜਾਂ ਤੈਨੂੰ ਮੌਤ ਦੀ ਸਜ਼ਾ ਦੇਣੀ ਹੈ, ਜਾਂ ਤੂੰ ਮੰਨ ਕਿ ਧਰਤੀ ਨਹੀਂ ਘੁੰਮਦੀ ਸੂਰਜ ਘੁੰਮਦਾ ਜੀ, ਉਹਨੇ ਆਖਿਆ ਜੀ ਮੈਂ ਮਾਫ਼ੀ ਮੰਗ ਲੈਂਦਾ ਕਿ ਮੈਂ ਜੋ ਆਖਿਆ ਤੁਹਾਨੂੰ ਬੁਰਾ ਲੱਗਾ, ਪਰ ਮੇਰੇ ਮਾਫ਼ੀ ਮੰਗਣ ਤੋਂ ਬਾਅਦ ਵੀ ਘੁੰਮਣਾ ਤਾਂ ਧਰਤੀ ਨਹੀਂ ਹੈ, ਸੂਰਜ ਨੇ ਨਹੀਂ ਘੁੰਮਣਾ, ਤੁਸੀਂ ਸਜ਼ਾ ਦੇਣੀ ਦੇ ਦਿਓ। ਹੁਣ ਇੱਥੇ ਇਹਨੇ ਜੋ ਆਖਣਾ ਆਖ ਲਵੇ, ਜਿਹੜੇ ਰਿਸ਼ੀਆਂ ਮੁਨੀਆਂ ਨੇ ਉਹਨੇ ਖੁਸ਼ ਕਰਨਾ ਕਰ ਲਵੇ, ਪਰ ਸੱਚਾਈ ਜਿਹੜੀ ਹੈ ਉਹ ਡਾਰਵਿਨ ਦਾ ਸਿਧਾਂਤ ਸਾਰਾ ਕਾਇਮ ਰਹਿਣਾ, ਇਹ ਸੱਚਾਈ ਫਿਰ ਕਾਇਮ ਰਹਿਣੀ ਹੈ। ਦੁਨੀਆ ਭਰ ਦੀ ਸਾਇੰਸ ਇਹ ਕਹਿੰਦੀ ਹੈ ਕਿ ਅਮੀਬਾ ਪੈਰਾਮੀਸ਼ੀਅਮ ਤੋਂ ਤੁਰਦਿਆਂ, ਮੱਛੀਆਂ ਅਤੇ ਡੱਡੂਆਂ ਤੋਂ ਤੁਰਦਿਆਂ ਬਾਂਦਰ ਤੱਕ ਗਏ, ਬਾਂਦਰ ਤੋਂ ਬੰਦਾ ਬਣਿਆ, ਬੰਦਾ ਜਦੋਂ ਨਗਰਾਂ 'ਚ ਆਇਆ ਤਾਂ ਨਾਗਰਿਕ ਬਣਿਆ, ਜਦੋਂ ਟੌਪ 'ਤੇ ਚਲਾ ਗਿਆ। ਅੱਜ ਕੱਲ੍ਹ ਬਦਕਿਸਮਤੀ ਹੈ ਕਿ ਜਿਹੜਾ ਬਾਂਦਰ ਤੋਂ ਬੰਦਾ ਬਣਿਆ ਸੀ ਉਹਦੇ ਵਿੱਚ ਕਈ ਵਾਰੀ ਫਿਰ ਕਈ ਪੁੱਠੇ ਨੁਕਸੋਦਾਂ ਦੇ ਆਉਣ ਲੱਗ ਪਏ ਨੇ। ਇਹਦੇ 'ਚ ਜੇ ਕੋਈ ਬਹਿਸ ਕਰਦਾ ਕਰੀ ਜਾਣ ਤਾਂ ਗਿਆਨ ਦੇ ਗੱਲ 'ਚ ਰੱਸਾ, ਪਰ ਸੱਚਾਈ ਇਹੋ ਹੀ ਆ ਜੋ ਹੁਣ ਤੱਕ ਅਸੀਂ ਸਾਇੰਸ ਦੇ ਕਹਿਣ 'ਤੇ ਮੰਨਦੇ ਹਾਂ ਜੀ। ਇਕਬਾਲ ਸਾਹਿਬ, ਆਖਰੀ ਸਵਾਲ ਜਿਹੜਾ ਮੈਂ ਪੰਜਾਬ ਦੀ ਖੁਸ਼ਹਾਲੀ ਦੇ ਨਾਲ ਜੁੜਿਆ ਪੁੱਛਣਾ ਚਾਹੁੰਦਾ। ਕਹਿੰਦੇ ਪੰਜਾਬ ਦੇ ਵਿੱਚ ਪਹਿਲਾਂ ਤਾਂ 5 ਨਦੀਆਂ ਵਗਦੀਆਂ ਸੀ, ਅੱਜ ਕੱਲ੍ਹ ਦੁੱਧ ਦੀਆਂ ਨਦੀਆਂ ਵਗਦੀਆਂ, ਪਰ ਹੁਣ ਦੁੱਧ ਆ ਕਿੱਥੋਂ ਰਿਹਾ ਇਹ ਤਾਂ ਪਤਾ ਨਹੀਂ, ਕਿਉਂਕਿ ਮੱਝਾਂ ਦੀ ਗਿਣਤੀ ਘੱਟ ਗਈ ਹੈ। ਇਹ ਥੋੜ੍ਹੇ ਸਮਝਾਓ ਹਾਂ ਚੀਜ਼। ਇਹ ਸੱਚੀ ਗੱਲ ਹੈ, ਇੱਕ ਰਿਪੋਰਟ ਆਈ ਹੈ ਕਿ ਮੱਝਾਂ ਦੀ ਗਿਣਤੀ ਪਿਛਲੇ ਸਮੇਂ 'ਚ 23% ਘੱਟ ਗਈ ਹੈ ਜੀ, ਪਰ ਦੁੱਧ ਪੀਣ ਵਾਲੇ ਜੀਵ ਵੱਧ ਗਏ, ਦੁੱਧ ਦੀ ਸੇਲ ਵੱਧ ਗਈ ਹੈ। ਜੇ ਮੱਝਾਂ ਦੀ ਗਿਣਤੀ ਘੱਟ ਗਈ ਹੈ ਅਤੇ ਨਵੀਂ ਕਿਸਮ ਦੀਆਂ ਮੱਝਾਂ ਦੇ ਬਾਹਰੋਂ ਆ ਨਹੀਂ ਗਈਆਂ ਜੀ, ਦੁੱਧ ਕਿੱਥੋਂ ਆ ਰਿਹਾ? ਗੁਜਰਾਤ ਤੋਂ ਤੁਸੀਂ ਮੰਗਾ ਨਹੀਂ ਰਹੇ, ਉਹ ਦੁੱਧ ਅੱਜ ਕੱਲ੍ਹ ਮਸ਼ੀਨਾਂ ਦੇ ਨਾਲ ਬਣਾਇਆ ਜਾ ਰਿਹਾ। ਪਿਛਲੀ ਬਾਦਲ ਸਰਕਾਰ ਵੇਲੇ ਇੱਕ MLA ਨੇ ਇਹ ਦੋਸ਼ ਲਾ ਦਿੱਤਾ ਸੀ ਕਿ ਸਾਡੀਆਂ ਡੇਅਰੀਆਂ ਨੂੰ ਮਾਲਵੇ ਦੀ ਇੱਕ ਕੰਪਨੀ ਨੇ ਲੱਖਾਂ ਹੀ ਲੀਟਰ ਦੁੱਧ ਸਪਲਾਈ ਕਰਤਾ ਜੀ, ਉਹਨੂੰ ਪੈਸੇ ਪੇ ਕਰ ਦਿੱਤੇ ਗਏ। ਬਾਅਦ ਵਿੱਚ ਪਤਾ ਲੱਗਾ ਕਿ ਇਹਨਾਂ ਕੋਲ ਦੁੱਧ ਆਉਂਦਾ ਕਿੱਥੋਂ, ਇਹਨਾਂ ਕੋਲ ਤਾਂ ਡੇਅਰੀ ਕੋਈ ਨਹੀਂ, ਮੱਝਾਂ ਤਾਂ ਰੱਖੀਆਂ ਨਹੀਂ। ਕਹਿੰਦੇ ਜੀ ਅਸੀਂ ਪਿੰਡਾਂ 'ਚੋਂ ਇਕੱਠਾ ਕਰਦੇ ਹਾਂ, ਅਤੇ ਪਿੰਡਾਂ 'ਚੋਂ ਇਕੱਠਾ ਕਰਨ ਵਾਸਤੇ ਤੁਹਾਡੇ ਕੋਲ ਟਰੱਕ ਕਿਹੜੇ ਆ? ਨਾ ਉਹਨਾਂ ਕੋਲ ਟਰੱਕ, ਨਾ ਉਹਨਾਂ ਕੋਲ ਮੱਝਾਂ ਜੀ, ਪਤਾ ਨਹੀਂ ਕਿੱਥੇ ਦੁੱਧ ਬਣਾਉਂਦੇ ਸੀ, ਅਤੇ ਸਾਰਾ ਸਰਕਾਰ ਦੀਆਂ ਡੇਅਰੀਆਂ ਨੂੰ ਵੀ ਸਪਲਾਈ ਕਰੀ ਜਾਂਦੇ ਸੀ। ਇੱਦਾਂ ਦਾ ਕੰਮ ਉਦੋਂ ਵੀ ਹੋ ਗਿਆ ਸੀ, ਹੁਣ ਵੀ ਹੋਈ ਜਾ ਰਿਹਾ। ਕਦੇ ਕਦੇ ਕਿਤੇ ਛਾਪਾ ਪੈਂਦਾ, ਉਹ ਛਾਪੇ ਦੇ ਉੱਤੇ ਮਾਲ ਫੜਿਆ ਜਾਂਦਾ, ਪਤਾ ਲੱਗਦਾ ਨਕਲੀ ਦੁੱਧ, ਨਕਲੀ ਖੋਆ ਫੜ ਲਿਆ ਜਾਂਦਾ ਜੀ। ਫੜਨ ਤੋਂ ਬਾਅਦ ਕੋਈ ਚੰਗਾ ਅਫਸਰ ਜੇ ਜ਼ਿਆਦਾ ਅੜਦਾ ਹੋਵੇ ਉਹਦੀ ਬਦਲੀ ਕਰ ਦਿੱਤੀ ਜਾਂਦੀ ਹੈ, ਦੂਸਰਾ ਅਫਸਰ ਉਹਦੀ ਥਾਂ 'ਤੇ ਲਿਆ ਕੇ ਸੌਦਾ ਮਾਰ ਕੇ ਛੱਡ ਦਿੱਤਾ ਜਾਂਦਾ। ਹਰ ਸਾਲ ਦੀਵਾਲੀ ਦੇ ਉੱਤੇ ਕੁਇੰਟਲਾਂ ਦੇ ਹਿਸਾਬ ਨਹੀਂ, ਟਨਾਂ ਦੇ ਹਿਸਾਬ ਨਾਲ ਖੋਆ ਫੜਿਆ ਜਾਂਦਾ ਜੀ, ਪਤਾ ਲੱਗਦਾ ਜੀ ਇਹ ਨਕਲੀ ਖੋਆ।
ਫਿਰ ਨਕਲੀ ਖੋਆ ਫੜੇ ਜਾਣ ਤੋਂ ਬਾਅਦ ਜਿੱਦਾਂ ਦਿਵਾਲੀ ਲੰਘ ਜਾਂਦੀ ਹੈ ਕਹਿੰਦੇ ਨੇ ਇਸ ਚੈੱਕ ਕਰਾ ਲਿਆ ਅਸਲੀ ਸੀ ਤੁਸੀਂ ਵਾਪਸ ਲੈ ਜਾਓ, ਉਹ ਕਹਿੰਦੇ ਜੀ ਅਸੀਂ ਹੁਣ ਵਾਪਸ ਨਹੀਂ ਲਿਆ ਸਕਦੇ ਖਰਾਬ ਹੋ ਗਿਆ ਤੁਸੀਂ ਰੱਖ ਲਓ ਸਾਨੂੰ ਇਹਦਾ ਮੁਆਵਜ਼ਾ ਦੇ ਦਿਓ। ਉਹ ਖੋਆ ਫੜਨ ਛੱਡਣ ਮੁਆਵਜ਼ਾ ਦੇਣ ਅੱਗੋਂ ਕੇਸ ਪਾਉਣ ਇਹ ਸਾਰੇ ਚੱਕਰ ਦੇ ਵਿੱਚ ਪੈਸੇ ਦਾ ਲੈਣ ਦੇਣ ਹੁੰਦਾ। ਇੱਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ, ਕੋਈ ਚੀਜ਼ ਇਹੋ ਜਿਹੀ ਇੱਥੇ ਨਹੀਂ ਬਚੀ ਜਿਹਦੇ ਵਿੱਚ ਖੇ ਖਰਾਬੀ ਨਾ ਹੁੰਦੀ ਹੋਵੇ। ਹਰ ਕਿਸਮ ਦਾ ਗੰਦ ਜਿਹੜਾ ਉਹ ਪੈ ਰਿਹਾ, ਮਠਿਆਈ ਵਿੱਚ ਵੀ ਹੈ, ਸਬਜ਼ੀਆਂ ਵਿੱਚ ਵੀ ਹੈ, ਫਲਾਂ ਵਿੱਚ ਵੀ ਹੈ। ਆਹ ਬਦਕਿਸਮਤੀ ਵਾਲੀ ਗੱਲ ਹੈ ਕਿ ਮੱਝਾਂ ਦੀ ਗਿਣਤੀ 23% ਘੱਟ ਗਈ ਹੈ ਅਤੇ ਦੁੱਧ ਪਤਾ ਨਹੀਂ 23% ਵਧਿਆ ਕਿ 33% ਵਧਿਆ। ਦੁੱਧ ਵੱਧ ਗਿਆ ਅਤੇ ਕਿਸੇ ਨੂੰ ਪਤਾ ਹੀ ਨਹੀਂ ਕਿ ਜਦੋਂ ਮੱਝਾਂ ਹੀ ਘੱਟਦੀਆਂ ਜਾਂਦੀਆਂ ਨੇ ਅਤੇ ਦੁੱਧ ਦੀ ਸਪਲਾਈ ਕਿੱਥੋਂ ਆ ਰਹੀ ਹੈ, ਸਪਲਾਈ ਆ ਰਹੀ ਹੈ। ਕਿਸੇ ਸਰਕਾਰ ਨੂੰ ਕਿਸੇ ਮਹਿਕਮੇ ਨੂੰ ਇਹਦੀ ਕੋਈ ਚਿੰਤਾ ਨਹੀਂ। ਕਿਸੇ ਕੋਲ ਇੰਨਾ ਟਾਈਮ ਵੀ ਕਿੱਥੇ ਆ, ਟਾਈਮ 'ਤੇ ਇੱਕ ਹੱਥ ਕੁਰਸੀ ਨੂੰ ਹੁੰਦਾ, ਦੂਸਰਾ ਪੱਗ ਨੂੰ ਹੁੰਦਾ, ਸਾਰੇ ਆਪੋ ਆਪਣੀ ਥਾਂ 'ਤੇ ਉੱਥੇ ਲੱਗੇ। ਮੱਝਾਂ ਨੂੰ ਕੌਣ ਵੇਖਦਾ ਅਤੇ ਦੁੱਧ ਦੇ ਚੈੱਕ ਕੌਣ ਚੈੱਕ ਕਰਨ ਵਾਸਤੇ ਜਾਂਦਾ। ਮਨੋ ਸਰ ਤੁਸੀਂ ਆਏ, ਸਮਾਂ ਕੱਢਿਆ, ਤੁਹਾਡਾ ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਹੁਣ ਦੇ ਇਜਾਜ਼ਤ, ਗੁਰਪ੍ਰੀਤ ਸੰਧਾਂ ਵਾਲੀਆਂ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।